ਕਿਹਦਾ ਬਰਥਡੇ ਹੈਗਾ ਅੱਜ? ਮੇਰਾ। ਝੋਲਾ ਭਰ ਚੁੱਕਿਆ ਤਾਰੇ ਦੇ ਸਮਾਨ ਦਾ। ਕਾਹਦੇ ਵਾਸਤੇ ਕੱਟ ਰਹੇ ਅੰਡੇ ਜੀ? ਪਨੀਰ ਟਿੱਕਾ ਬਣਾਉਣਾ। ਕਿਹਨੇ ਬਣਾਉਣਾ? ਮਾਮੀ ਐਂ ਲੱਗਦਾ ਜਿਵੇਂ ਜਨਮ ਦਾ ਤੇਰਾ ਹੀ ਹੁੰਦਾ। ਜਲਦੀ ਆ ਪਾਰਟੀਆਂ। ਟਾਈ ਅੱਜ ਤੇਰਾ ਕੀ ਆ? ਹੈਪੀ ਬਰਥਡੇ। ਹਾਏ, ਫਿਰ ਅੱਜ ਆਪਾਂ ਕੀ ਕਰਾਂਗੇ? ਆਪਾਂ ਮੇਰੀ ਫੋਟੋ ਲਾ, ਆਪਾਂ ਬਲੂਨ ਲੈ ਲਈ ਕੋਕੋ ਬੇਲਨ ਵਾਲੇ। ਕੋਕੋ ਬੇਲਨ ਵਾਲੇ ਹੋਰ ਹੋਰ ਕੇਕ ਗੱਡੀ ਵਾਲਾ। ਗੱਡੀ ਵਾਲਾ? ਹਾਂ। ਓਕੇ, ਤੇ ਦੋ ਗੱਡੀਆਂ ਤਾਂ ਲਈ ਫਾਇਦਾ ਤੂੰ? ਨਹੀਂ, ਦੂਜੀ ਗੱਡੀ। ਦੂਜੀ ਗੱਡੀ? ਤੇ ਕੇਕ ਕੱਟੇ ਲਾਈ ਸੀ ਜਿਹੜੀ ਤੂੰ ਫੂਡ ਤੇ ਖਾਈ ਸੀ। ਅੱਛਾ, ਜਿਹੜੀ ਮਾਮੀ ਨੇ ਭੇਜੀ ਸੀ ਉਹ ਵਾਲੀ ਗੱਡੀ? ਹਾਂ, ਉਹ ਉਹ ਮੰਮਾ ਲੈ ਜਾਂਦੀ। ਤੇ ਫਿਰ ਹੋਰ ਕੌਣ ਆਊਗਾ ਅੱਜ ਆਪਣੇ? ਹਾਂ, ਮੇਰੇ ਫਰੈਂਡ। ਤੇ ਫਰੈਂਡ ਆਉਣਗੇ? ਹਾਂ। ਸੱਚੀ? ਅੱਜ ਤਾਂ ਤੈਨੂੰ ਪੈਸੇ ਬਣ ਗਏ। ਅੱਜ ਤੈਨੂੰ ਪੈਸੇ ਬਣ ਗਏ ਬਾਥੜੇ ਤੇ। ਪ੍ਰੈਜੈਂਟ ਮਿਲ ਗਿਆ। ਅਸੀਂ ਚੱਲੇ ਆ ਤਾਰੇ ਦਾ ਸਮਾਨ ਲੈਣ ਵਾਸਤੇ, ਡੈਕੋਰੇਸ਼ਨ ਦਾ ਸਮਾਨ ਲੈਣ ਵਾਸਤੇ ਚੱਲੇ ਆ। ਵੈਦਰ ਅੱਜ ਬਹੁਤ ਖਰਾਬ ਆ, ਤਾਰੇ ਦਾ ਬਰਥਡੇ ਖਰਾਬ ਹੋ ਰਿਹਾ। ਬੰਦ ਆ ਜੀ ਸਾਰੇ ਸਟੋਰ, ਅਸੀਂ ਸਾਰੇ ਗੇੜਾ ਕੱਢ ਲਿਆ, ਸਟੋਰ ਸਾਰੇ ਬੰਦ ਆ। ਡਰਾਈਵਰ ਸਾਡਾ ਗੱਡੀ ਘੁਮਾਈ ਫਿਰਦਾ। ਕਿਹੜਾ ਲੈਣਾ ਆਪਾਂ? ਤਾਰਾ ਮੰਗਦਾ ਸੀਗਾ ਜੀ ਕੋਕੋ ਮੈਲਨ ਵਾਲੇ ਬੈਲੂਨ, ਤੇ ਕੋਕੋ ਮੈਲਨ ਵਾਲੇ ਬੈਲੂਨ ਤਾਂ ਮਿਲ ਨੀ ਰਹੇ। ਬਾਕੀ ਦੁਕਾਨ ਇੰਨੀ ਕੁ ਜ਼ਿਆਦਾ ਵੱਡੀ ਆ, ਇੱਥੇ ਹਰੇਕ ਤਰ੍ਹਾਂ ਦੀ, ਚਾਹੇ ਕੋਈ ਜਨਮਦਿਨ ਆ, ਚਾਹੇ ਐਨਵਰਸਰੀ ਆ, ਚਾਹੇ ਕੋਈ ਵੀ ਆਪਾਂ ਫੰਕਸ਼ਨ ਲਾ ਲਈਏ, ਸਾਰੇ ਜਵਾਕਾਂ ਦਾ ਸਮਾਨ ਏ ਟੂ ਜੈਡ ਸਾਰਾ ਇੱਥੋਂ ਮਿਲ ਜਾਣਾ ਕਾਰਡ ਫੈਕਟਰੀ ਤੋਂ। ਪਰ ਬੁਲਬੁਲੇ ਕੋਕੋ ਮੈਲ ਨਾਲ ਹੀ ਮਿਲ ਰਹੇ ਸਾਨੂੰ। ਸਿਲੈਕਟ ਕਰ ਰਹੀ ਆ। ਹਾਂ, ਸੋਹਣੇ। ਫਿਰ ਇਹਨਾਂ 'ਚ ਹਵਾ ਕਿੱਥੋਂ ਭਰਾਉਣੀ ਆ? ਉੱਧਰੋਂ ਭਰਾ ਲਾਂਗੇ। ਜਿਹੜਾ ਉਹ ਲਾਈਕ ਕਰਦਾ ਉਹੀ ਲੈ ਲੈਣਾ। ਕਿਹੜੇ ਲਏ? ਆਹ ਲਏ। ਝੋਲਾ ਭਰ ਚੁੱਕਿਆ ਤਾਰੇ ਦੇ ਸਮਾਨ ਦਾ। ਤਾਰੇ ਦੇ ਬਰਥਡੇ ਦੀ ਸ਼ੋਪਿੰਗ ਹੋ ਗਈ, ਹੁਣ ਅਸੀਂ ਚੱਲੇ। ਮਾਮੀ ਐ ਲੱਗਦਾ ਜਿਵੇਂ ਜਨਮ ਦਿਨ ਤਾਂ ਤੇਰਾ ਹੀ ਹੁੰਦਾ। ਉਦੋਂ ਕੀ ਕਰਦੇ ਹੁੰਦੇ ਸੀ? ਤੁਹਾਡੇ ਆਉਣ ਲੱਗ ਗਏ ਤੁਸੀਂ, ਹਜੇ ਡੈਕੋਰੇਸ਼ਨ ਦਾ ਸਮਾਨ ਹੋਣ ਲਿਆਂਦਾ। ਇਹ ਡੈਕੋਰੇਸ਼ਨ ਦਾ ਕੰਮ ਵੀ ਸ਼ੁਰੂ ਕਰ ਲਿਆ ਤੁਸੀਂ? ਹੁਣ ਆਪਾਂ ਚੱਲੇ ਹਾਂ ਜੀ ਪੁਰਾਣੇ ਸਾਊਥ ਹਾਲ ਪੂਨਮ ਦੇ, ਇੱਥੇ ਚੱਲੀਏ ਦਾਲਾਂ ਸਬਜ਼ੀਆਂ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਪੂਨਮ ਦੇ ਲੱਡੂ ਕਿਹਨੇ ਕਿਹਨੇ ਖਾਧੇ ਆ। ਇੱਥੇ ਸਭ ਤੋਂ ਵੱਡੀ ਜਿਹੜੀ ਡੈਕ ਆਉਂਦੀ ਆ
ਇੰਗਲੈਂਡ ਦੇ ਵਿੱਚ ਗੱਡੀ ਪਾਰਕਿੰਗ ਕਰਨ ਦੀ ਆਉਂਦੀ ਹੈ। ਗੱਡੀ ਪਾਰਕਿੰਗ ਕਰਨ ਨੂੰ ਸਪੇਸ ਬਹੁਤ ਔਖੀ ਮਿਲਦੀ ਹੈ। ਅਤੇ ਆ ਜਾਓ ਫਿਰ ਪੂਣ ਵਾਲਿਆਂ ਦੇ ਚੱਲਦੇ ਹਾਂ ਹੁਣ ਅੰਦਰ। ਮੀਂਹ ਤੇਜ਼ ਹੋ ਗਿਆ, ਇੱਥੇ ਅੰਦਰ ਵੜ ਕੇ ਤਾਂ ਜਮ੍ਹਾਂ ਹੀ ਯਾਰ ਐਂ ਲੱਗਦੇ ਪੰਜਾਬ ਹੀ ਆ ਗਏ ਹੁੰਦੇ। ਜਿਵੇਂ ਬੀਕਾਨੇਰੀ ਵਾਲਿਆਂ ਦੀਆਂ ਮਠਿਆਈਆਂ ਨਹੀਂ ਚਿਣ ਕੇ ਲਾਈਆਂ ਪਈਆਂ ਹੁੰਦੀਆਂ, ਆਹ ਦੇਖੋ ਆਹ ਲਾਈਆਂ ਪਈਆਂ, ਮੂੰਹ 'ਚ ਪਾਣੀ ਆਉਂਦਾ ਜਿਵੇਂ ਅੰਦਰ ਵੜਦੇ ਹਾਂ ਦੁਕਾਨ ਦੇ। ਇੱਧਰ ਪਏ ਬ੍ਰੈਡ ਪਕੌੜੇ ਇਹਨਾਂ ਦਾ ਸਮਾਨ, ਅਤੇ ਬਾਕੀ ਆ ਇੱਧਰ ਪਈਆਂ ਮਠਿਆਈਆਂ ਸਾਰੇ ਭਾਂਤਾਂ ਦੀਆਂ, ਜਿਹੜੀ ਮਰਜ਼ੀ ਲੈ ਲਓ। ਸਭ ਤੋਂ ਵੱਧ ਮਸ਼ਹੂਰ ਆ ਇਹਨਾਂ ਦੇ ਲੱਡੂ, ਖਾ ਲਾ ਪੂਨਮ ਦੇ। ਪੁਰਾਣਾ ਸਾਊਥ ਵਾਲਾ ਰਹਿ ਗਿਆ ਬਸ, ਬਾਕੀ ਤਾਂ ਸਾਰਾ ਬਿਲਡਿੰਗਾਂ ਖੜੀਆਂ ਕਰਤੀਆਂ। ਬਸ ਇਹ ਵੀ ਬਸ ਕਿੰਨੇ ਓਲਡ ਓਲਡ ਨਾ, ਜਿਹੜਾ ਸਾਊਥ ਵਾਲਾ ਆਪਾਂ ਕਹਿੰਦੇ ਹਾਂ, ਪੁੱਠੇ ਪੁੱਠੇ ਰਹਿੰਦੇ ਮੂਰਤੀ ਬਸ ਉੱਥੇ ਖੜਾ, ਕੰਮ ਉੱਥੇ ਹੀ ਖੜਾ ਚੱਲਿਆ ਨਹੀਂ, ਸਵੈਟਰ ਲਾਏ ਹੋਏ ਆ। ਸਵਾਦ ਹੋਣਾ ਚਾਹੀਦਾ, ਤੇਰੇ ਹੱਥ ਦਾ ਪਹਿਲੀ ਵਾਰ ਖਾਣਾ, ਫਿਰ ਤਾਂ ਅਮਰੀਕਾ ਜਾ ਕੇ ਗੱਲਾਂ ਹੋਣਗੀਆਂ ਤੇਰੇ ਪਨੀਰ ਟਿੱਕੇ ਦੀਆਂ। ਅੱਜ ਭਾਣਜੇ ਦੇ ਜਨਮ ਦਿਨ ਤੇ ਮੈਂ ਕਿਹਾ ਚਲੋ ਆਪਾਂ ਵੀ ਸਾਰਿਆਂ ਨੂੰ ਕੁੱਕ ਬਣਾ ਕੇ ਖਵਾਉਂਦੇ। ਲਜ਼ੀਜ਼ਾ ਦਾ ਆਪਾਂ ਪਾਊਡਰ ਲੈ ਲਿਆ, ਤੇ ਸ਼ਿਮਲਾ ਮਿਰਚਾਂ ਕੱਟੀਆਂ, ਟਮਾਟਰ ਗੰਢੇ, ਤੇ ਇਹ ਨਿੰਬੂ ਕੱਟੇ ਹੋਏ ਆ, ਧਨੀਆ ਧੁਨੀਆਂ ਯਾਨੀ ਕਿ ਮਿਕਸ ਕਰਕੇ ਤੁਹਾਨੂੰ ਅੱਜ ਪਨੀਰ ਟਿੱਕਾ ਬਣਾ ਕੇ ਖਵਾਵਾਂਗੇ। ਆ ਪਨੀਰ ਦੇ ਉੱਤੇ ਲਾਵਾਂਗੇ ਘਿਓ, ਘਿਓ ਦੇ ਵਿੱਚ ਪਾਇਆ ਹੋਇਆ ਆਪਣਾ ਗਾਰਲਿਕ ਪੇਸਟ, ਅਤੇ ਉਹ ਜਿਹੜਾ ਗਰਮ ਕਰਨਾ ਰੱਖਿਆ ਹੋਇਆ ਟਿੱਕੀ ਬਟਰ ਦੀ, ਆ ਦੇਖੋ ਇਹਦੇ ਵਿੱਚ ਪਾਇਆ ਹੋਇਆ ਗਾਰਲਿਕ ਪੇਸਟ। ਇਹ ਹੁਣ ਆਪਾਂ ਲਾਵਾਂਗੇ ਪਨੀਰ ਦੇ ਉੱਤੇ, ਅਤੇ ਵਿੱਚ ਪਾਵਾਂਗੇ ਆਪਾਂ ਨਾਲ ਹੀ ਜਿਹੜੀਆਂ ਸ਼ਿਮਲਾ ਮਿਰਚਾਂ ਕੱਟੀਆਂ ਹੋਈਆਂ ਉਹਨਾਂ ਦੇ ਉੱਤੇ ਪਾਵਾਂਗੇ, ਅਤੇ ਨਾਲ ਦੀ ਨਾਲ ਤੁਹਾਨੂੰ ਸਾਰਾ ਦਿਖਾਵਾਂਗੇ ਬਣਾ ਕੇ। ਆ ਜਾਓ ਹੁਣ ਤੈਨੂੰ ਤਾਂ ਨਹੀਂ ਲੱਗਦਾ ਰੋਟੀ ਬਣਾਉਣ ਦੀ ਲੋੜ, ਪਨੀਰ ਖਵਾਇਆ ਕਰੂ, ਮੁੰਡਾ ਸਿੱਖਿਆ ਸਿਖਾਇਆ ਆਊਗਾ, ਸਿਖਾਉਣ ਦੀ ਵੀ ਨੀ ਲੋੜ, ਮੁੰਡਾ ਸਿੱਖਿਆ ਸਿਖਾਇਆ। ਪਿੰਡ ਉਧਰ ਹੀ ਕੰਮ ਕਰ ਲਾਂਗੇ। ਤਿਆਰ ਕੰਮ ਮੂਟੂ ਉਧਲ ਉਧਲ ਫਿਰ ਤੈਨੂੰ ਬਣਾ ਕੇ ਦਿੰਨਾ, ਦੇਖੀ ਜਾਈ।
ਸਵਾਦ ਕਿੰਨਾ ਹੋਊਗਾ। ਚੱਲਦੀ ਆ ਪਾਰਟੀਆਂ, ਵਾਜੂਆ ਵਾਜੂਆ। ਆ ਜਾਓ ਬਈ, ਹੋ ਗਿਆ ਪਿਆਰ, ਹੋ ਗਿਆ ਪਿਆਰ ਕੰਮ। ਠੱਗੀ ਦੇ ਚਲੋ ਜੀ। ਕਿਹਦਾ ਬਰਥਡੇ ਹੈਗਾ ਅੱਜ? ਦਸ ਸਾਲ ਦਾ ਹੋ ਗਿਆ ਤਾਰਾ ਸਿੰਘ ਹੈ, 4 ਸਾਲ ਦਾ ਹੋ ਗਿਆ ਤਾਰਾ ਸਿੰਘ। Birthday to you, happy birthday to you, happy birthday dear Tara, happy birthday to you. Hooray! ਚਲੋ ਜੀ, ਚਲੋ ਨਹੀਂ ਟੁੱਟਦੀ ਗੱਡੀ, ਨੀ ਟੁੱਟਦੀ। ਚਲੋ ਜੀ, ਤਾਰਾ ਸਿੰਘ ਨੂੰ ਦੇ ਦੋ। ਆ ਜਾਓ ਅਸੀਂ ਤੁਸੀਂ ਵੀ ਬੇਬੇ ਤੋਂ ਖਾ ਲਾ, ਬੇਬੇ ਤੋਂ। ਚਲੋ ਵੀ ਚਲ, ਇਹ ਖਲਾਰਾ ਦਿਖਾਉਂਦੇ ਆ ਤੁਹਾਨੂੰ। ਠੀਕ ਹੋ ਮਾਸੀ? ਪਨੀਰ ਦੀ ਟਿੱਕਾ ਕਿਵੇਂ ਲੱਗਿਆ? ਫਿਰ ਕਿਹਾ ਸੀ ਨਾ ਵੀ ਜਿਹੜੀ ਚੀਜ਼ ਨੂੰ ਟਾਈਮ ਲੱਗਦਾ ਹੁੰਦਾ ਉਹ ਸਵਾਦ ਬਣਦੀ ਹੁੰਦੀ। ਰੇੜੀ ਲਾ ਲਈਏ ਹੁਣ ਪਿੰਡ ਜਾ ਕੇ? ਬਸ ਠੀਕ ਆ, ਰਸੂਲਪੁਰ ਦੇ ਅੱਧੇ ਭੋਗ ਤਾਂ ਮੈਂ ਭੋਗਤੇ ਆ।
ਹਾਂ ਉਦੋਂ ਬਣਾਵਾਂਗੇ, ਉਦੋਂ ਪਨੀਰ ਵਾਲੇ ਪਕੌੜੇ ਕੱਢਾਂਗੇ ਵਧੀਆ ਬਣਾ ਕੇ। ਹਾਂ ਬਾਅਦ ਇਹ ਸਾਂਭਣਾ ਹੁਣ ਤਿੰਨ ਦਿਨ ਹੀ ਚੱਲਣਾ, ਕਿੰਨੇ ਦਿਨ ਇੱਥੇ ਇਹ ਆ ਸਹੀ ਗੱਲ ਆ, ਪਨੀਰ ਟਿੱਕਾ ਤਾਂ ਕੱਲ੍ਹ ਗਰਮ ਕਰਕੇ ਖਾ ਲਾਂਗੇ। ਮੈਨੂੰ ਖਾ ਆ ਹੱਥ ਚੱਕ ਆ ਲੈ ਹੈਪੀ ਇੱਧਰ ਨੂੰ ਕਰ ਮੂੰਹ ਇੱਧਰ ਮੂੰਹ ਕਰ ਗੱਡੀਆਂ ਹੀ ਲੱਗਦੀਆਂ ਇਹ ਕੀ ਆ ਬਈ ਨਿਬੜ ਗਿਆ ਬਰਦੇ ਹੈ ਬਛ ਆਹ ਕੀ ਲੈ ਕੇ ਦਿੱਤਾ ਹਾਂ ਇਹ ਗੱਡੀ ਹੁਣ ਪੈਂਚਰ ਕਿਵੇਂ ਹੋਜੂ ਤੋੜ ਤਾਂ ਦੇਣੀ ਆ ਤੂੰ ਕੋਈ ਚੀਜ਼ ਹੋਵੇ ਆ ਵੀ ਬਸ ਇੱਕ ਦਿਨ ਹੀ ਆ ਤੇਰੇ ਕੋਲੇ ਕੱਲ ਨੂੰ ਇਹ ਵੀ ਖੰਡਿਆ ਦੇਣੀ ਆ ਤੂੰ ਇਹ ਵੀ ਚੱਕ ਦੇਣੀ ਆ ਕੱਲ ਨੂੰ ਤੂੰ ਮੈਨੂੰ ਪਤਾ ਤੇਰਾ ਦੇਖ ਲਈ ਇਹ ਨੀ ਚੱਕਣਾ ਇਹ ਪਹਿਲਾਂ ਹੀ ਚੱਕਦੀ ਜਦੋਂ ਖੋਲੀ ਆ ਇਹ ਉਹਦੀ ਚੱਕਦੀ ਤਾਂ ਤਾਣ ਲੈ ਕਿੱਥੇ ਆ ਢਾਪਾ ਜਿਹਾ ਵਧਿਆ ਕੰਮ ਠੀਕ ਰਹਿੰਦਾ ਇੱਕ ਦਫ਼ਾ ਤਾਂ ਵਧਿਆ ਮੰਮੀ ਤੇਰੇ ਨਾਲ ਬਾਂਧਾ ਗਿਰਦਾ ਨਾ ਮੈਂ ਤਾਂ ਨੀ ਲੈ ਕੇ ਜਾਂਦਾ ਪਰ ਉਹਨੇ ਹੁਣ ਚਾਰ ਪੰਜ ਦਿਨ ਤੂੰ ਹੈਗੀ ਇਹ ਆਪਣਾ ਇਹਦੇ ਨਾਲ ਸਰ ਦੇਣਾ ਮੰਮੀ ਨੂੰ ਕਿਹਾ ਕਹਿੰਦਾ ਮਟਰ ਪਨੀਰ।